ਸਰ ਉੱਥੇ ਸਾਡਾ ਜ਼ਮੀਨੀ ਮਤਲਬ ਕਿ ਪਹਿਲਾਂ ਇਹਨਾਂ ਨੇ ਕਬਜ਼ਾ ਲਿਆ ਸੀ ਨਜਾਇਜ਼ ਕਬਜ਼ਾ ਅਤੇ ਉਹ ਤੋਂ ਬਾਅਦ 'ਚ ਅਸੀਂ ਉਹ ਕਬਜ਼ਾ ਹੁਣ ਆਪਣਾ ਸਾਨੂੰ ਪੰਚਾਇਤ ਦੇ ਅਧਿਕਾਰ ਮਿਲ ਗਏ ਸੀ ਅਸੀਂ ਬੋਲੀ ਕਰਾ ਕੇ ਉਹਦੀ ਉੱਥੇ ਆਪਣਾ ਕਰ ਰਹੇ ਸੀ ਉਹਨਾਂ ਨੇ ਆ ਕੇ ਸਾਡੇ 'ਤੇ ਅੰਧਾ ਧੁੰਦ ਗੋਲੀਆਂ ਚਲਾ ਜ਼ਮੀਨ ਸਰ ਉਹਨਾਂ ਦੀਆਂ 3 ਕਨਾਲਾਂ ਟੋਭੇ ਦੇ ਵਿੱਚ ਸੀਗੀਆਂ ਜੀ ਚੰਡੀਗੜ੍ਹ ਵਾਲਿਆਂ ਦੀ ਜ਼ਮੀਨ ਆ 6 ਕਨਾਲਾਂ ਇਹਨਾਂ ਨੇ ਆਪਣਾ ਤਬਾਦਲਾ ਜਦੋਂ ਸਰਪੰਚ ਸੀਗੇ ਇਹਨਾਂ ਨੇ ਤਬਾਦਲਾ ਕਰਕੇ 18 ਫੁੱਟੀ ਰੋਡ ਦੇ ਉੱਪਰ ਇਹਨਾਂ ਨੇ जिला श्री फतेहगढ़ साहिब दे पिंड चरनाथल विच उस वेले दहशत दा माहौल बन गया जदों शामलट दी जमीन नूं लैके होए विवाद विच गोलियां ते करपाना चलियां। इस वारदात विच एक व्यक्ति दी मौके ते ही मौत हो गई जदों कि 4 तों 5 लोग जख्मी हो गए जिन्हां नूं इलाज लई हस्पताल विच भर्ती करवाया गया। दस्सिया जा रहा है कि गोलियां चलाउण वाला व्यक्ति श्रोमणी अकाली दल दे जिला प्रधान सवरण सिंह दा पुत्तर है। बाकी पुलिस वल्लों मामले दी जांच कीती जा रही है। जख्मी होए नौजवानां ने दस्सिया कि पंचायत वल्लों शामलट दी जमीन दी बोली करवाई जा रही सी कि कुछ लोग तेज़ धार हथियार लैके आए जिन्हां दे कोल इक रिवाल्वर ते इक राइफल भी सी जिन्हां ने साडे ते जानलेवा हमला कर दिता। जगतार सिंह जी। जगतार सिंह। हां जी। पंच। हां जी हां जी। अच्छा की गल होई है? सर उत्थे साडा जमीनी मतलब कि पहला इन्हां ने कब्जा लिया सी नजायज़ कब्जा। हां। ते उत्थे बाद च असीं ओह कब्जा हुण अपना सानूं पंचायत दे अधिकार मिल गए सी असीं बोली करा के उहदी उत्थे अपना कर रहे सी उहनां ने आके साडे ते अंधा धुंद गोलियां चला दित्तियां। ते कौन कौन सी इह? ये गुरमुख सिंह साबका सरपंच है, गुरमुख सिंह हुण जिहड़ा मौजूदा पंच है, ते बलविंदर सिंह उहदा भरा है, जथेदार सारे ते जी इह मतलब कि हुण जथेदार कौन सी? जथेदार ते बेटे सीगे जी, जथेदार स्वर्ण सिंह। अच्छा इहदे मुंडे सी? हाँ जी, इहदे बेटे दोवे 12 गोट नाल ते दरबार वाले नाल। साडे कोल कोई हथियार नहीं था सी, कोई लड़ाई दे चक्कर नहीं सी। अच्छा किन्ने बंदे फटड़ होए जी? ਉਹਦੇ ਵਿੱਚ ਸਰ ਸਾਡੇ 4-5 ਬੰਦੇ ਫੱਟੜ ਹੋ ਗਏ ਨੇ। ਹਾਂਜੀ। ਸ਼ਾਇਦ ਸਰ ਇੱਕ ਮਹਿਸੂਸ ਕਰਦੇ ਹਾਂ ਅਸੀਂ ਵੀ ਸ਼ਾਇਦ ਡੈਥ ਵੀ ਹੋ ਗਈ ਹੈ, ਅਸੀਂ ਕਹਿ ਨਹੀਂ ਸਕਦੇ ਅਸੀਂ ਵੈਸੇ ਸਾਡੇ। ਕੀ ਮਾਮਲਾ, ਕਿੰਨੀ ਜ਼ਮੀਨ ਸੀ ਉਹਦਾ? ਜ਼ਮੀਨ ਸਰ ਉਹਨਾਂ ਦੀਆਂ 3 ਕਨਾਲਾਂ ਟੋਭੇ ਦੇ ਵਿੱਚ ਸੀਗੀਆਂ ਜੀ, ਚੰਡੀਗੜ੍ਹ ਵਾਲਿਆਂ ਦੀ ਜ਼ਮੀਨ ਆ 6 ਕਨਾਲਾਂ ਇਹਨਾਂ ਨੇ ਆਪਣਾ ਤਬਾਦਲਾ ਜਦੋਂ ਸਰਪੰਚ ਸੀਗੇ ਇਹਨਾਂ ਨੇ ਤਬਾਦਲਾ ਕਰਕੇ 18 ਫੁੱਟੀ ਰੋਡ ਦੇ ਉੱਪਰ ਇਹਨਾਂ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕਰ ਲਿਆ, ਨਜਾਇਜ਼ ਕਬਜ਼ਾ ਸੀ ਇਹਨਾਂ ਨੇ, ਨਜਾਇਜ਼ ਕਬਜ਼ਾ ਕਰਿਆ। ਉਦੋਂ ਕੋਈ ਕੇਸ ਵੀ ਚੱਲ ਰਿਹਾ ਸੀ? ਕੇਸ ਚੱਲ ਰਿਹਾ ਸੀ ਸਰ, ਸਾਨੂੰ ਮਤਲਬ ਕਿ ਆ ਗਿਆ ਸੀ ਹਾਈ ਕੋਰਟ ਤੋਂ, ਅਸੀਂ ਉਹਦੀ ਬੋਲੀ ਕਰਾਤੀ ਸੀ, ਅਸੀਂ ਬੋਲੀ ਕਰਾ ਕੇ ਅਸੀਂ ਉਹਦਾ ਕਬਜ਼ਾ ਅਸੀਂ ਪੰਚਾਇਤ ਨੂੰ ਦੇਣਾ ਚਾਹੁੰਦੇ, ਪਿੰਡ ਨੂੰ ਦੇਣਾ ਚਾਹੁੰਦੇ ਸੀ। ਕਦੋਂ ਬੋਲੀ ਹੋਈ ਸੀ ਉਹਦੇ? ਹੈਂ? ਕਦੋਂ ਬੋਲੀ, ਕਦੋਂ ਹੋਈ ਸੀ ਬੋਲੀ? ਸਰ ਹੁਣੀ ਹੋਈ ਹੈ, 5-6 ਦਿਨ ਹੋ ਗਏ ਲਗਭਗ। ਤੁਹਾਡਾ ਜੀ ਗੁਰਿੰਦਰ ਸਿੰਘ ਸਰ? ਗੁਰਿੰਦਰ ਕੀ ਮਾਮਲਾ ਹੋਇਆ ਸਰ? ਇਹ ਮਾਮਲਾ ਜੀ ਸਰ ਇਹਦੀ ਉੱਥੇ ਪੰਚਾਇਤ ਦਾ ਸੀਗਾ ਜੀ, ਪੰਚਾਇਤੀ ਜ਼ਮੀਨ ਦਾ ਕੋਈ ਸੀਗਾ ਰੌਲਾ, ਇਹ ਪੰਚਾਇਤ ਉੱਥੇ ਉਹ ਕਰਾ ਰਹੀ ਸੀ, ਜੀਰੀ ਲਵਾ ਰਹੀ ਸੀ ਬੰਦੇ ਨੂੰ ਜਿਹਨੇ ਪੰਚਾਇਤੀ ਜ਼ਮੀਨ ਲਈ ਹੋਈ ਆ, ਉਹਦਾ ਕਬਜ਼ਾ ਕਰਾ ਰਹੀ ਸੀ। ਇਹਨਾਂ ਦਾ ਕੋਈ ਕੇਸ ਸੀਗਾ, ਉਹ ਜਿੱਤੇ ਹੋਏ ਸੀ। ਮੈਂ ਉੱਧਰੋਂ ਆ ਰਿਹਾ ਸੀ, ਮੈਂ ਉੱਥੇ ਰੁਕ ਗਿਆ ਪੰਚਾਇਤ ਮੈਂਬਰ ਦੇਖ ਕੇ, ਅਤੇ ਉੱਥੇ ਥੋੜ੍ਹੀ ਦੇਰ ਬਾਅਦ ਹੀ ਮਤਲਬ ਇਹ ਬੰਦੇ ਆਏ ਜਿਨ੍ਹਾਂ ਦਾ ਇਹ ਰੌਲਾ ਸੀਗਾ, ਜਿਨ੍ਹਾਂ 'ਚ ਗੁਰਮੁਖ ਸਿੰਘ ਸਵਰਨ ਸਿੰਘ ਦਾ ਬੇਟਾ ਜੀ ਬਲਵਿੰਦਰ ਸਿੰਘ, ਇੱਕ ਅਰਸ਼ਦੀਪ ਸਿੰਘ ਸੀਗਾ, ਇੱਕ ਸੀਗਾ ਜੀ ਗੁਰਮੁਖ ਸਿੰਘ ਐਸ ਸੀ ਪੰਚ, ਇੱਕ ਦੋ ਬੰਦੇ ਹੋਰ ਸੀਗੇ ਕੁਲਵੰਤ ਸਿੰਘ ਜੀ, ਇੱਕ ਮੁੰਡਾ ਹੋਰ ਸੀ ਜੱਸਾ, ਇਹ ਕਾਫੀ ਸੀ। ਆਉਣ ਸਾਰੀ ਇਹਨਾਂ ਨੇ ਉੱਥੇ ਸਿੱਧੀ ਫਾਇਰਿੰਗ ਸ਼ੁਰੂ ਕਰਤੀ ਜੀ। ਇਹਨਾਂ ਕੋਲ ਇੱਕ ਰਿਵਾਲਵਰ ਸੀਗੀ ਜੀ, ਕਰਫਲ ਸੀਗੀ ਸ਼ਾਇਦ 12 ਗੋਟ ਸੀਗੀ ਜਿਹੜੀ, ਬਾਕੀ 3-4 ਬੰਦਿਆਂ ਕੋਲ ਕਿਰਪਾਨਾਂ ਸੀਗੀਆਂ ਜੀ। ਜਿਹੜੀ ਰਾਫਲ ਆ ਇਹਨਾਂ ਨੇ ਸਿੱਧੀ ਚਲਾਈ, ਸਿੱਧੀਆਂ ਮਾਰੀਆਂ ਗੋਲੀਆਂ? ਹਾਂ ਜੀ, ਆਉਣ ਸਾਰ ਸਿੱਧੇ ਫਾਇਰ ਕਰੇ। ਅੱਛਾ। ਹਾਂਜੀ। ਅਤੇ ਉਹਦੇ ਵਿੱਚ ਕੁਲਵਿੰਦਰ ਸਿੰਘ ਨੂੰ ਗੋਲੀ ਲੱਗੀ ਜੀ, ਇੱਕ ਸੁਖਵਿੰਦਰ ਸਿੰਘ ਆ ਉਹਨਾਂ ਦੇ ਛਰਲੇ ਬੱਚੇ ਨੇ ਜੀ, ਗੋਲੀ ਵੱਜੀ ਉਹਨਾਂ ਦੇ, ਇੱਕ ਪੱਟ 'ਤੇ ਲੱਗਿਆ ਜੀ, ਇੱਕ ਉਹਨਾਂ ਦੇ ਪੇਟ 'ਚ ਲੱਗਿਆ ਜੀ। ਅਤੇ ਹੋਰ ਕਿਤੇ ਕਿਤੇ ਲੱਗੇ? ਕੌਣ ਕੌਣ ਜ਼ਖਮੀ ਹੋਏ? ਉਹ ਇੱਕ ਰਵਾ ਸਰਪੰਚ ਸਾਹਿਬ ਨੇ ਜੀ, ਉਹਨਾਂ ਦੇ ਕਿਰਪਾਨ ਵੱਜੀਆਂ ਨੇ ਜੀ। ਕੀ ਨਾਮ ਸਰਪੰਚ ਦੇ ਗੁੱਜਿਆ? ਕਰਵਾ ਹਾਂਜੀ, ਗੁਰਬਾਜ ਸਿੰਘ। ਕੀ ਨਾਮ ਆ? ਗੁਰਬਾਜ ਸਿੰਘ ਜੀ। ਮੋਗਾ ਮੌਜੂਦਾ ਸਰਪੰਚ ਦੇ ਕਰਵਾ? ਅਤੇ ਹੋਰ ਇੱਕ ਆ ਪੰਚ ਸੀਗੇ ਜਗਤਾਰ ਸਿੰਘ ਜੀ, ਇਹਨਾਂ ਦੇ ਵੀ ਲੱਗੀ ਜੀ ਕਿਰਪਾਨ, ਇੱਕ ਮੇਰੇ ਲੱਗੀ ਜੀ। ਹਸਪਤਾਲ ਦੀ ਮਹਿਲਾ ਅਧਿਕਾਰੀ ਦਾ ਕਹਿਣਾ ਹੈ ਕਿ 4 ਤੋਂ 5 ਲੋਕ ਜ਼ਖਮੀ ਹਾਲਤ ਵਿੱਚ ਆਏ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਅਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ। ਸਾਡੇ ਕੋਲ ਗਨਸ਼ਾਟ ਇੰਜਰੀ ਦਾ ਪੇਸ਼ੈਂਟ ਦਾ ਨਾਮ ਹੈਗਾ ਸੁਖਵਿੰਦਰ ਸਿੰਘ, ਤਨੋ ਪਾਲ ਚ ਤੇ ਚਨਾਰਸਰ ਖੁਰਦ ਤੋਂ, ਤੇ ਇਹਦੇ ਸੱਟਾਂ ਲੱਗੀਆਂ ਸੀ, ਆਪਾਂ ਪਰਚਾ ਕੱਢਿਆ ਹੈਗਾ ਤੇ ਇਹਨੂੰ ਰੈਫਰ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕਰ ਰਹੇ ਹਾਂ, ਤੇ ਬਾਕੀ ਸੀਗੇ 3-4 ਜਣੇ ਹੋਰ ਵੀ ਨੇ, ਇੱਕ ਬਰਾਡ ਡੈਡ ਆਇਆ ਹੈ, ਉਹਦਾ ਨਾਮ ਹੈਗਾ ਕੁਲਵਿੰਦਰ ਸਿੰਘ, ਸਨ ਆਫ ਸੁਰਜੀਤ ਸਿੰਘ, ਆਰ ਓ ਚਨਾਰਸਰ ਖੁਰਦ, ਅਤੇ 3 ਸਾਡੇ ਕੋਲ ਐਡਮਿਟ ਹੈਗਾ। ਕੀ ਕੀ ਨਾਮ ਨੇ? ਉਹਨਾਂ ਦਾ ਨਾਮ, ਇੱਕ ਦਾ ਨਾਮ ਹੈਗਾ ਗੁਰਬਾਜ ਸਿੰਘ, ਸਨ ਆਫ ਸੁਖਦੇਵ ਸਿੰਘ, ਆਰ ਓ ਚਨਾਰਸਰ ਖੁਰਦ, ਸੈਕਿੰਡ ਦਾ ਹੈਗਾ ਗੁਰਿੰਦਰ ਸਿੰਘ, ਸਨ ਆਫ ਚਰਨ ਸਿੰਘ, ਐਂਡ ਆਰ ਓ ਹੈਗਾ ਚਨਾਰਸਰ ਖੁਰਦ। ਠੀਕ। ਅਤੇ
ਦੋ ਬੰਦੇ ਇਹ ਹੋ ਗਏ ਤੇ ਤੀਸਰਾ ਕੌਣ ਸੀਗਾ ਤੀਸਰਾ ਸੁਖਵਿੰਦਰ ਸਿੰਘ ਜਿਹੜਾ ਕਿ ਪ੍ਰੋਜੈਕਟ ਕੀਤਾ ਹੈ ਇੱਕ ਬ੍ਰਾਂਡ ਹੈ ਟੋਟਲ ਚਾਰ ਬੰਦੇ ਆਏ ਸੀ ਤਿੰਨ ਦੀ ਇਲਾਜ ਅਧੀਨ ਨੇ ਇੱਕ ਦੀ ਮੌਤ ਹੋ ਗਈ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਕੋਈ ਪੰਚਾਇਤੀ ਜ਼ਮੀਨ ਸੀਗੀ ਆਪਣੇ ਪਿੰਡ ਚਨਾਫਤਲ ਖੁਰਦ ਉੱਥੇ ਦੋ ਪਾਰਟੀਆਂ ਦੇ ਦਰਮਿਆਨ ਝਗੜਾ ਹੋਇਆ ਤੇ ਜਿਹਦੇ ਚ ਬੰਦੇ ਜ਼ਖਮੀ ਨੇ ਉਹਦੀ ਸੀ ਇੱਥੇ ਜਾਂਚ ਕਰ ਤੇ ਕੋਈ ਮੌਤ ਵੀ ਹੋਈ ਹੈ ਪਤਾ ਲੱਗਿਆ ਅਜੇ ਅਸੀਂ ਤਹਿਕੀਕਾਤ ਕਰ ਰਹੇ ਹਾਂ ਇਥੋਂ ਪੁੱਛ ਪੜਤਾਲ ਤੋਂ ਬਾਅਦ ਹੀ ਪਤਾ ਜਦੋਂ ਸਮੱਸਿਆ ਦਾ ਹੈ ਹੱਲ ਫਿਰ ਕਿਉਂ ਹੋ ਪਰੇਸ਼ਾਨ ਜਿਵੇਂ ਮਨ ਚ ਆਇਆ ਪਿਆਰ ਪਤੀ ਪਤਨੀ ਚ ਅਣਬਣ ਕਾਲੇ ਜਾਦੂ ਦਾ ਖਾਤਮਾ ਵਸ਼ੀਕਰਨ ਲਾਟਰੀ ਨੰਬਰ ਪਾਓ ਪਿਆਰ ਵਿੱਚ ਧੋਖਾ ਖਾਧੇ ਹੋਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਸੰਪਰਕ ਕਰੋ ਵਿਸ਼ਵਨਾਥ ਤਾਂਤਰੇ ਤੁਸੀਂ ਸੰਪਰਕ ਕਰ ਸਕਦੇ ਹੋ 90244 70842।